ਆਜ਼ਾਦੀ ਦਿਹਾੜੇ ਨੂੰ ਲੈ ਕੇ ਜਿੱਥੇ ਬਾਜ਼ਾਰਾਂ ਦੇ ਵਿੱਚ ਰੌਣਕਾਂ ਨੇ ਉੱਥੇ ਲੋਕ ਤਿਰੰਗੇ ਦੀ ਖੂਬ ਖਰੀਦਦਾਰੀ ਕਰਨੇ। ਇੱਕ ਵਾਰ ਤਸਵੀਰਾਂ ਵੇਖ ਲਓ ਕਿ ਬਾਜ਼ਾਰ ਦੇ ਵਿੱਚ ਤਿਰੰਗੇ ਝੰਡੇ ਦੇ ਨਾਲ ਰਿਲੇਟਡ ਜਿੰਨਾ ਵੀ ਸਮਾਨ ਹੈ ਉਹਨਾਂ ਚੀਜ਼ਾਂ ਦੀ ਖਰੀਦਦਾਰੀ ਹੈ ਉਹ ਜੰਮ ਕੇ ਕੀਤੀ ਜਾ ਰਹੀ ਹੈ, ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਵੀ ਅਪੀਲ ਕੀਤੀ ਹੈ ਕਿ ਹਰ ਘਰ ਦੇ ਵਿੱਚ ਤਿਰੰਗਾ ਲਹਿਰਾਉਣਾ ਚਾਹੀਦਾ, ਤਾਂ ਕਰਕੇ ਬਾਜ਼ਾਰਾਂ ਦੇ ਵਿੱਚ ਲੋਕ ਨੇ ਉਹ ਖਰੀਦਦਾਰੀ ਕਰ ਰਹੇ ਨੇ। ਸਿਰਫ ਤਿਰੰਗਾ ਨਹੀਂ, ਤਿਰੰਗੇ ਦੇ ਨਾਲ ਦੀਆਂ ਹੋਰ ਵੀ ਕਾਫੀ ਜਿਹੜੀਆਂ ਆਈਟਮਾਂ ਨੇ ਉਹਨਾਂ ਦੀ ਖਰੀਦਦਾਰੀ ਕੀਤੀ ਜਾਂਦੀ। ਜਿਵੇਂ ਤੁਸੀਂ ਵੇਖੋ ਕਿ ਬਾਹਾਂ ਦੇ ਉੱਪਰ ਚੜਾਉਣ ਵਾਲੇ ਇਸ ਤਰ੍ਹਾਂ ਦੇ ਜਿਹੜੇ ਗਲਵਸ ਟਾਈਪ ਨੇ, ਕੈਪ ਨੇ, ਇਸ ਤਰ੍ਹਾਂ ਦੇ ਫੈਨ ਨੇ, ਹੋਰ ਵੀ ਕਾਫੀ ਚੀਜ਼ਾਂ ਨੇ ਜਿਨ੍ਹਾਂ ਚੀਜ਼ਾਂ ਦੀ ਖਰੀਦਦਾਰੀ ਅਕਸਰ ਲੋਕ ਕਰਦੇ ਨੇ, ਕਿਉਂਕਿ ਇੱਕ ਪਾਸੇ ਜਦੋਂ ਪ੍ਰਧਾਨ ਮੰਤਰੀ ਕਹਿੰਦੇ ਹੋਣ ਔਰ ਆਜ਼ਾਦੀ ਨੂੰ ਲੈ ਕੇ ਜਦੋਂ ਦੇਸ਼ ਆਜ਼ਾਦ ਹੋਇਆ ਉਸ ਨੂੰ ਲੈ ਕੇ ਹਰ ਕੋਈ ਭਾਰਤੀ ਇਸ ਚੀਜ਼ ਨੂੰ ਸਮਰਪਿਤ। ਆਪਾਂ ਗੱਲਬਾਤ ਵੀ ਕਰਦੇ ਹਾਂ, ਭਾਈ ਸਾਹਿਬ ਖਰੀਦਦਾਰੀ ਕਰ ਰਹੇ ਹੋ, ਬੜੇ ਸ਼ਾਨ ਸੇ ਕਹਤੇ ਹੈ ਕਿ ਇਹ ਤਿਰੰਗਾ ਹੈ ਹਮਾਰਾ ਔਰ ਇਸ ਦਿਨ ਕੋ ਮਨਾ ਰਹੇ ਹੈ, ਕਿਆ ਕਹਿਣਾ ਆਪਕਾ? ਭਾਈ ਮੇਰਾ ਮਾਨਨਾ ਤੋ ਇਹ ਹੈ ਕਿ ਜੋ ਹੋ ਰਹਾ ਹੈ ਅੱਛੇ ਕੇ ਲਈ ਹੋ ਰਹਾ ਹੈ, ਕਿਉਂਕਿ ਆਜ ਕੇ ਦਿਨ ਲੱਖੋਂ ਲੋਕੋ ਕੋ ਰੋਜ਼ਗਾਰ ਮਿਲ ਰਹਾ ਹੈ, ਲੱਖੋਂ ਲੋਕੋ ਕੋ ਰੋਜ਼ਗਾਰ ਮਿਲਤਾ ਹੈ। ਬਾਕੀ ਤਾਂ ਮੈਂ ਇਤਨਾ ਨੌਲੇਜ ਨਹੀਂ ਮੇਰੇ ਕੋ, ਭਾਈ ਜੋ ਮੇਰਾ ਦਿਲ ਕੀ ਮਾਨਨਾ ਹੈ। ਪ੍ਰਧਾਨ ਮੰਤਰੀ ਕਹਤੇ ਹੈ ਕਿ ਹਰ ਘਰ ਪੇ ਤਿਰੰਗਾ ਹੋਣਾ ਚਾਹੀਏ, ਬੜੇ ਫਖਰ ਸੇ ਹਮ ਤਿਰੰਗੇ ਕੇ ਉੱਪਰ ਮਾਨ ਕਰਤੇ ਹੈ, ਕਿਆ ਕਹਿਣਾ ਆਪਕਾ? ਦੇਖੋ ਤਿਰੰਗਾ ਤੋ ਹੈ ਹੀ ਆਪਣਾ ਇੰਡੀਆ ਕੀ ਸ਼ਾਨ, ਤਿਰੰਗਾ ਤੋ ਲਹਿਰਾਉਣਾ ਹੀ ਚਾਹੀਏ। ਕਿਸ ਤਰ੍ਹਾਂ ਕੀ ਖਰੀਦਦਾਰੀ ਕੀ ਆਪਨੇ ਅਭੀ ਦੁਕਾਨ ਪੇ ਖੜੇ ਹੋ, ਕਿਆ ਕਿਆ ਖਰੀਦਾ ਬੱਚੋਂ ਕੇ ਲੀਏ, ਆਪਕੇ ਲੀਏ ਕਿਆ ਖਰੀਦਾ? ਝੰਡੇ ਲੀਏ, ਝੰਡੇ ਔਰ ਆਪਣਾ ਇਹ ਨੈਕਲੇਸ ਇਹ ਲਿਆ। ਬਿਲਕੁਲ ਖਰੀਦਦਾਰੀ ਲੋਕ ਕਰ ਰਹੇ ਨੇ, ਆਪਾਂ ਗੱਲਬਾਤ ਦੁਕਾਨਦਾਰ ਨਾਲ ਕਰਦੇ ਹਾਂ। ਬਈ ਥੋੜ੍ਹਾ ਅੱਗੇ ਆ ਜਾਓ, ਕੀ ਕਹੋਗੇ ਪ੍ਰਧਾਨ ਮੰਤਰੀ ਦੀ ਅਪੀਲ ਦਾ ਅਸਰ ਹੁੰਦਾ ਹੈ? ਜਿਵੇਂ ਪਿਛਲੀ ਵਾਰ ਵੀ ਦੇਖਿਆ ਸੀ ਬਹੁਤ ਵੱਡੀ ਗਿਣਤੀ ਤਿਰੰਗੇ ਲੋਕਾਂ ਨੇ ਲਾਏ ਸੀ, ਇਸ ਵਾਰ ਕੀ ਮਾਹੌਲ ਹੈਗਾ? ਜਦੋਂ ਪਿਛਲੇ ਤੋਂ ਪਿਛਲੇ ਸਾਲ ਪਹਿਲੀ ਵਾਰ ਮੋਦੀ ਜੀ ਨੇ ਕਿਹਾ ਸੀ ਘਰ ਘਰ ਝੰਡਾ, ਉਦੋਂ ਤਾਂ ਬਹੁਤ ਅੱਛਾ ਉਤਸ਼ਾਹ ਸੀਗਾ। ਇਸ ਵਾਰ ਕੁਛ ਹੈ ਪਰ ਇੰਨਾ ਨਹੀਂ ਹੈ ਜਿੰਨਾ ਹੋਣਾ ਚਾਹੀਦਾ ਸੀਗਾ। ਇੱਕ ਮੇਰੀ ਬੇਨਤੀ ਹੀ ਰਹੂਗੀ, ਜਿਹੜੇ ਸਕੂਲਾਂ ਵਾਲੇ ਟੀਚਰ ਨੇ ਜਾਂ ਪ੍ਰਿੰਸੀਪਲ ਨੇ, ਉਹ ਇੱਕ ਦਿਨ ਮੈਸੇਜ ਪਹਿਲਾਂ ਕਰਦੇ ਨੇ ਵੀ ਆਹ ਬੱਚਿਆਂ ਲਈ ਆਹ ਲੈ ਕੇ ਆਓ, ਆਹ ਲੈ ਕੇ ਆਓ, ਆਹ ਲੈ ਕੇ ਆਓ। ਉਦੋਂ ਪਹਿਲਾਂ ਬਾਜ਼ਾਰ ਬਿਲਕੁਲ ਖਾਲੀ, ਕੱਲ੍ਹ ਇੱਕਦਮ ਸਾਰੇ ਟੀਚਰ ਸਕੂਲ ਬੱਚੇ ਵਾਲੇ ਇੱਕੋ ਦਮ ਆਏ, ਸਾਨੂੰ ਆਹ ਚਾਹੀਦਾ ਆਹ ਚਾਹੀਦਾ। ਦੁਕਾਨਦਾਰ ਨੂੰ ਇਹ ਨਹੀਂ ਪਤਾ ਹੁੰਦਾ ਵੀ ਕਿਹੜੀ ਚੀਜ਼ ਕਿੰਨੀ ਕੁਆਂਟਿਟੀ 'ਚ ਲੱਗੂਗੀ, ਕੁਛ ਚੀਜ਼ਾਂ ਇਹ ਹੁੰਦੀਆਂ ਵੀ ਇੱਕੋ ਦਮ ਹੀ ਉੱਡ ਜਾਂਦੀਆਂ ਨੇ ਸਾਰੀਆਂ। ਡਿਮਾਂਡ ਕਿੰਨੀ ਵੱਜ ਇਹਨਾਂ ਦਿਨਾਂ 'ਚ ਆ ਕੇ ਜਦੋਂ ਆਜ਼ਾਦੀ ਦਿਵਸ ਅਸੀਂ ਮਨਾ ਰਹੇ ਹਾਂ ਝੰਡਿਆਂ ਦੇ ਨਾਲ, ਹੋਰ ਕੀ ਵਰਾਇਟੀਆਂ ਜਿਹੜੇ ਬੱਚੇ ਆ ਕੇ ਲੈ ਰਹੇ ਨੇ ਤੁਹਾਡੇ ਕੋਲੇ? ਬੱਚਿਆਂ ਦੀ ਸੈਸਰੀ, ਸਕੂਲ ਸੈਸਰੀ, ਬੱਚਿਆਂ ਦੀਆਂ ਡਰੈੱਸਾਂ, ਟੀ ਸ਼ਰਟਾਂ ਹੋ ਗਈਆਂ, ਕੈਪਸ ਹੋ ਗਈਆਂ, ਹੇਅਰ ਬੈਂਡ ਹੋ ਗਏ, ਰੈਸਟ ਬੈਂਡ ਹੋ ਗਏ, ਬੈਲੂਨ ਹੋ ਗਏ, ਝੰਡੇ ਫਲੈਗ ਹੋ ਗਏ। ਸਕੂਲ ਦੀ ਸੈਸਰੀ ਬਹੁਤ ਜ਼ਿਆਦਾ ਹੈ ਕਿ ਉਹ ਇਕੱਠੀ ਕਰਨੀ ਹੀ ਐਂ ਲਾ, ਸਮਝ ਨਹੀਂ ਆਉਂਦੀ ਵੀ ਕੀ ਇਕੱਠੀ ਕੀਤੀ ਹੈ ਵੀ ਕੀ ਨਹੀਂ ਕੀਤੀ ਵੀ। ਜਦੋਂ ਟੀਚਰਸ ਇੱਕੋ ਦਮ ਕਹਿ ਦਿੰਦੇ ਨੇ, ਸਕੂਲਾਂ ਦੀ ਪਾਪੂਲੇਸ਼ਨ ਆਪਣੀ ਬਹੁਤ ਹੈ ਬਠਿੰਡੇ 'ਚ ਜਾਂ ਇੰਡੀਆ 'ਚ ਲਾ ਲਓ, ਪੰਜਾਬ 'ਚ ਲਗਾ ਲਓ, ਬੱਚਾ ਕਿੰਨਾ ਨੇ, ਦੁਕਾਨਦਾਰ ਕਿੰਨਾ ਕੁ ਲਿਆ ਕੇ ਰੱਖੂਗਾ, 1000 ਪੀਸ ਲਿਆਊ, 2000 ਪੀਸ ਲਿਆਊ, 5000 ਪੀਸ ਲਿਆਊ। ਪਰ ਜੇ ਬੱਚਿਆਂ ਦੀ ਆਪਾਂ ਗਿਣਤੀ ਦੇਖੀ, ਜਦੋਂ ਇੱਕ ਕਦਮ ਕਹਿ ਦਿੰਦੇ ਨੇ ਆਹ ਲਿਆਓ, ਬੱਚਿਆਂ ਨੂੰ ਆਹ ਲਿਆਓ, ਉਦੋਂ ਸਮਝ ਨਹੀਂ ਆਉਂਦੀ ਦੁਕਾਨਦਾਰ ਕਿੰਨਾ ਲਿਆ। ਆਜ਼ਾਦੀ ਬੜੀ ਔਖੀ ਮਿਲੀ ਹੈ, ਬੜਾ ਪ੍ਰਾਊਡ ਇਸ ਫਲੈਗ 'ਤੇ ਹੁੰਦਾ, ਇਸ ਦਿਨ 'ਤੇ ਹੁੰਦਾ ਹੈਗਾ। ਕੀ ਕਹੋਗੇ ਹੋਰ ਲੋਕਾਂ ਨੂੰ, ਕੀ ਕਹੋਗੇ ਤੁਸੀਂ ਇਸ ਚੀਜ਼ ਨੂੰ ਲੈ ਕੇ, ਅੱਜ ਦਿਨ ਨੂੰ ਲੈ ਕੇ? ਬਹੁਤ ਵਧੀਆ ਦਿਨ ਹੈ ਇਹ ਸਭ ਨੂੰ ਮਨਾਉਣਾ ਚਾਹੀਦਾ। ਮੈਂ ਕਹਿੰਦਾ ਘਰ ਘਰ ਝੰਡਾ, ਕਿ ਹਰ ਦੁਕਾਨ ਦੇ ਅੱਗੇ ਵੀ ਇੱਕ ਝੰਡਾ ਲੱਗਿਆ ਹੋਣਾ ਚਾਹੀਦਾ। ਇਹ ਬਹੁਤ ਵਧੀਆ ਦਿਨ ਹੈ, ਇਹ ਤੁਸੀਂ ਸ਼ਾਮ ਨੂੰ ਆ ਕੇ ਦੇਖਿਓ, ਬਿਲਕੁਲ ਪੂਰਾ ਰਸ਼ ਹੋਏਗਾ, ਕੁਛ ਨਹੀਂ ਮਿਲੂਗਾ। ਕੱਲ੍ਹ ਵੀ ਇੱਦਾਂ ਹੀ ਪੂਰਾ ਫੁੱਲ ਰਸ਼ ਸੀਗਾ। ਬਿਲਕੁਲ, ਦੁਕਾਨਦਾਰ ਨੇ ਕਹਿ ਰਹੇ ਕਿ ਸਾਨੂੰ ਮਾਣ ਹੈ ਇਸ ਤਿਰੰਗੇ ਦੇ ਉੱਪਰ। ਬੇਸ਼ੱਕ ਦੇਸ਼ ਦੇ ਪ੍ਰਧਾਨ ਮੰਤਰੀ ਅਪੀਲ ਕਰਦੇ ਹੈ ਕਿ ਹਰ ਘਰ ਤਿਰੰਗਾ ਹੋਣਾ ਚਾਹੀਦਾ ਹੈ, ਬੱਚੇ ਖਾਸ ਤੌਰ 'ਤੇ ਖਰੀਦਦਾਰੀ ਕਰ ਰਹੇ ਨੇ, ਹਰ ਉਹ ਲੋਕ ਪਹੁੰਚ ਰਿਹਾ ਔਰ ਤਿਰੰਗੇ ਨੂੰ ਦੁਕਾਨਾਂ ਤੋਂ ਖਰੀਦ ਰਹੇ, ਆਪਦੇ ਘਰ ਦੇ ਉੱਪਰ ਤਿਰੰਗਾ ਲਗਾ ਰਹੇ ਨੇ। ਬਠਿੰਡਾ ਤੋਂ ਸੂਰਜ ਭਾਨ, ਨਿਊਜ਼ 18 ਪੰਜਾਬ।